ਸਾਡੇ ਮੇਜ਼ਬਾਨ ਨੇ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਸਾਰੇ ਇੱਥੇ ਆਏ ਅਤੇ ਉਹਨਾਂ ਸਾਰਿਆਂ ਨੇ ਮੈਨੂੰ ਵੀ ਮੌਕਾ ਦਿੱਤਾ ਇੱਥੇ ਅੱਜ ਪਾਈਆਂ 'ਚ ਬਹਿ ਕੇ ਅਤੇ ਆਪਣੇ ਪੰਜਾਬੀ ਕਲਚਰ ਨਾਲ ਜੁੜਨ ਦਾ ਮੌਕਾ ਮਿਲਿਆ। ਮੈਂ ਅਲਮਾਸ ਸਾਹਿਬ ਜਿਹੜੇ ਆਖਰੀ ਲਾਕੋਟ ਤੋਂ ਬੈਠਾ ਅਲਮਾਸ ਸਾਹਿਬ ਤੁਹਾਡਾ ਤਖਲਸ ਹੈ ਮਨੋਵਰ ਸਾਹਿਬ ਨੇ ਬੜੀ ਅੱਛੀ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਨੇ। ਬਦਕਿਸਮਤੀ ਦੇ ਨਾਲ ਅੱਜ ਸਾਡੇ ਮੁਆਸ਼ਰੇ 'ਚ ਚੀਜ਼ਾਂ ਬੜੀਆਂ ਆਮ ਹੋ ਗਈਆਂ। ਉਹਨਾਂ ਨੇ ਆਪਣੇ ਅਲਫਾਜ਼ 'ਚ ਵੀ ਅਕਾਸੀ ਵੀ ਕੀਤੀ ਹੈ, ਲੇਕਿਨ ਸਾਨੂੰ ਕੋਸ਼ਿਸ਼ ਕਰਨਾ ਚਾਹੀਦਾ ਕਿ ਇਹਨਾਂ ਚੀਜ਼ਾਂ ਤੋਂ ਬਚ ਜਾਈਏ, ਕਿਉਂਕਿ ਜਦੋਂ ਦਾ ਸਾਡੀਆਂ ਜ਼ਿੰਦਗੀਆਂ 'ਚ ਲਾਲਚ ਜੁੜ ਗਿਆ ਉਦੋਂ ਦੇ ਸਾਡੀਆਂ ਜ਼ਿੰਦਗੀਆਂ ਬਦਤਰ ਅਤੇ ਮੁਸ਼ਕਲ ਹੋ ਗਈਆਂ। ਅਤੇ ਦੌਲਤ ਦਾ ਕਿਹੜਾ ਵਿਆਹਦਾ ਆ ਅਧਿਆਈ ਨੂੰ ਅੱਜ ਜ਼ੋਰੇ ਜ਼ਾਤੇ ਦੌਲਤ ਦਾ ਕਿਹੜਾ ਵਿਆਹਦਾ ਆ ਅੱਜ ਬੰਦਿਆਈ ਨੂੰ ਕਿਵੇਂ ਦੋਸ਼ ਅਲਮਾਸ ਕਿਸੇ ਦੇ ਦੇਈਏ ਲੋਕੀ ਖੁਦ ਗਿਆ ਕਹਿ ਖੁਦਾਈ ਨੂੰ ਤੇ ਹੁਣ ਖੂਨ ਨੂੰ ਖੂਨ ਦੀ ਛਿੱਕ ਕੋਈ ਨਹੀਂ ਨਾ ਉਤਰੇ ਕੋਈ ਅਜ਼ਾਬ ਤੇਰਾ ਵਸੇ ਕਾਬਾ ਸੋਹਣਿਆ ਮੇਰਾ ਵਸਦਾ ਰਵੇ ਪੰਜਾਬ ਕੋਈ ਸੁਰਖ ਗੁਲਾਬ ਹੋਵੇ ਤੇ ਜੰਨਤ ਚ ਅਸੀਂ ਜਾਈਏ ਸ਼ਾਲਾ ਉੱਥੇ ਵੀ ਪੰਜਾਬ ਹੋਵੇ ਵੀ ਉਹ ਢੇਰ ਕਰੀਮ ਰਹੀਮ ਵੀ ਏ ਸੱਤਾਰ ਵੀ ਏ ਜੱਬਾਰ ਵੀ ਏ ਕਰ ਦਿੰਦਾ ਹੈ ਮਾਫ ਖਤਾਵਾਂ ਨੂੰ ਉਹ ਮਾਲਿਕ ਪਾਲਣ ਹਾਰ ਵੀ ਏ ਅਲਮਾਸ ਉਹ ਸਾਡਾ ਖਾਲਿਕ ਏ ਨਾਲੇ ਬੰਦਗੀ ਦਾ ਹੱਕਦਾਰ ਵੀ ਏ ਬਹੁਤ ਸ਼ੁਕਰੀਆ। ਲੇਕਿਨ ਕਿਉਂਕਿ ਸਾਡੇ ਮੁਅੱਜ਼ਮ ਮਹਿਮਾਨ ਜਿਹੜੇ ਨੇ ਉਹ ਜਾਣਾ ਚਾਹ ਰਹੇ ਸਨ ਤੇ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਸਿਰਫ ਔਰ ਸਿਰਫ ਇਹਨਾਂ ਦੇ ਨਾਲ ਕਰਨ ਵਾਲੀਆਂ ਹੁੰਦੀਆਂ ਨੇ। ਮੈਂ ਤੁਹਾਡੇ ਤਾਮਨ ਨਾਲ ਔਰ ਤੁਹਾਡੀ ਜਾਸ ਨਾਲ ਜਿਹੜਾ ਹੈ ਉਹ ਇੱਥੇ ਆਉਣ ਦੀ ਸਾਜ਼ਿਸ਼ ਕੀਤੀ ਸਲਾਮਤੀ ਮੇਰੇ ਦੇਸ਼ ਦੇ ਮਾਲਕਾ ਨਾ ਉਤਰੇ ਕੋਈ ਅਜ਼ਾਬ ਅੱਗੇ ਝੋਲੀ ਕਰੀਏ ਜਿਹੜਾ ਝੋਲੀ ਮਾਰ ਸਕਦਾ ਹੈ ਉਸਦੇ ਅੱਗੇ ਝੋਲੀ ਕਰੀਏ ਜਿਹੜਾ ਝੋਲੀ ਮਾਰ ਸਕਦਾ ਹੈ ਉਹ ਤੇਰੇ ਜਾਨ ਤੇ ਚਾਨਣ ਹੋਇਆ ਤੇਰੇ ਜਾਨ ਤੇ ਚਾਨਣ ਹੋਇਆ ਪੰਜਾਬੀ ਕਿਉਂਕਿ ਸਾਡੀ ਮਾਂ ਬੋਲੀ ਜ਼ੁਬਾਨ ਅਤੇ ਸਾਡੀ ਮਾਦਰੀ ਜ਼ੁਬਾਨ ਹੈ ਅਤੇ ਇਹਦੇ ਵਿੱਚ ਸਾਨੂੰ ਇਸ ਨੂੰ ਬੋਲਣ 'ਚ ਇਹਨੂੰ ਫਰੋਗ ਦੇਣ 'ਚ ਬਿਲਕੁਲ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਬਲਕਿ ਫਖਰ ਹੋਣਾ ਚਾਹੀਦਾ। ਇੱਥੇ ਅਸੀਂ ਜਿੰਨੇ ਵੀ ਭਾਈ ਬੈਠੇ ਹਾਂ ਮੇਰੇ ਖਿਆਲ ਜਦੋਂ ਅਸੀਂ ਦੁਨੀਆਂ 'ਤੇ ਆਏ ਸਾਂ ਤਾਂ ਸਾਡੇ ਕੰਨਾਂ 'ਚ ਪਹਿਲੀ ਜਿਹੜੀ ਮਿੱਠੀ ਜ਼ੁਬਾਨ ਸਾਡੀ ਮਾਂ ਦੀ ਸੀ ਪੰਜਾਬੀ ਅੱਛੀ ਸੀ ਜਿਹੜੀ ਸਾਡੇ ਕੰਨਾਂ ਨੇ ਸੁਣੀ ਸੀ ਅਤੇ ਪੰਜਾਬੀ ਹੋਣ 'ਤੇ ਸਾਨੂੰ ਫਖਰ ਹੈ ਅਤੇ ਸਾਡਾ ਕਲਚਰ ਵੀ ਅੱਲਾਹ ਦੇ ਫਜ਼ਲ ਨਾਲ ਬੜਾ ਰਿਚ ਕਲਚਰ ਹੈ ਇਸ ਲਈ ਇਸ ਦੇ ਫਰੋਗ ਵਿੱਚ ਸਾਨੂੰ ਕਦੀ ਕਦਮ ਨਹੀਂ ਘਬਰਾਉਣਾ ਚਾਹੀਦਾ ਨਾ ਹੀ ਇਸ ਮਹਿਸੂਸ ਕਰਨਾ ਚਾਹੀਦਾ ਕਿ ਮੈਂ ਪੰਜਾਬੀ ਬੋਲਾਂਗਾ ਅਤੇ ਅਗਲਾ ਕਿਸੇ ਮਹਿਸੂਸ ਕਰੇਗਾ। ਬੇਸਿਕਲੀ ਕੋਈ ਵੀ ਜ਼ੁਬਾਨ ਇਹ ਕਮਿਊਨੀਕੇਸ਼ਨ ਦਾ ਇੱਕ ਆਪਣੀ ਗੱਲ ਅਗਲੇ ਤੱਕ ਅਪਣਾਉਣ ਦਾ ਇੱਕ ਜ਼ਰੀਆ ਹੁੰਦਾ ਅਤੇ ਪੰਜਾਬੀ ਇੱਕ ਬਿਹਤਰੀਨ ਜ਼ਰੀਆ। ਮੈਂ ਇਹਦੇ ਨਾਲ ਹੀ ਇਜਾਜ਼ਤ ਵੀ ਲਾਂਗਾ ਅਤੇ ਸਾਰੇ ਸ਼ੋਰਾ ਇਕਰਾਮ ਦਾ ਵੀ ਸ਼ੁਕਰੀਆ ਅਦਾ ਕਰਾਂਗਾ। ਮਾਸ਼ਾਅੱਲਾ ਬੜਾ ਮਜ਼ਾ ਆ ਰਿਹਾ ਸੀ ਲੇਕਿਨ ਇੱਕ ਮਜ਼ਬੂਰੀ ਹੋ ਗਈ। ਸ਼ੁਕਰੀਆ ਜੀ। ਔਰ ਸ਼ੇਰ ਵੇਖਿਓ ਕਿ ਉਹਨੂੰ ਗੱਲ ਵਿੱਚ ਪਾਓ ਲੋਕੋ ਉਹਨੂੰ ਗੱਲ ਵਿੱਚ ਪਾਓ ਲੋਕੋ ਜਿਹੜਾ ਗੱਲ ਤੇ ਮਰ ਸਕਦਾ ਏ ਜਿਹੜਾ ਗੱਲ ਤੇ ਮਰ ਸਕਦਾ ਏ ਔਰ ਜਿਸ ਦੇ ਅੰਦਰ ਖੋਫ ਨਾ ਕੋਈ ਜਿਸ ਦੇ ਅੰਦਰ ਖੋਫ ਨਾ ਕੋਈ ਉਹ ਮੁਹੱਬਤ ਕਰ ਸਕਦਾ ਏ ਜਿਸ ਦੇ ਅੰਦਰ ਖੋਫ ਨਾ ਕੋਈ ਉਹ ਮੁਹੱਬਤ ਕਰ ਸਕਦਾ ਏ ਜੇ ਤੂੰ ਕਰੋੜ ਲੋਕਾਂ ਨੂੰ ਹਿਜਰਤ ਕਰਨੀ ਪਈ ਅੰਦਾਜ਼ਾ ਕਰੋ ਕਿ ਅੱਜ ਦੀ ਆਬਾਦੀ ਬਹੁਤ ਜ਼ਿਆਦਾ ਹੈ ਅੱਜ ਤੋਂ 75 ਸਾਲ ਪਹਿਲਾਂ ਜਦੋਂ ਥੋੜ੍ਹੀ ਜਿਹੀ ਆਬਾਦੀ ਸੀ ਉਦੋਂ ਅਗਰ 2 ਕਰੋੜ ਲੋਕਾਂ ਨੂੰ ਹਿਜਰਤ ਕਰਨੀ ਪਈ ਹੋਵੇਗੀ ਤਾਂ ਫਿਰ ਇਸ ਪਾਕਿਸਤਾਨ ਵਾਸਤੇ ਪੰਜਾਬੀਆਂ ਨੇ ਕਿਹੜੀ ਕਰਬਲਾ ਦੂਰ ਕੀਤੀ ਹੋਵੇਗੀ। ਸੋ ਇਹ ਤੇ ਉਹ ਪਹਿਲੀ ਨੀਂਹ ਸੀ ਇਹ ਉਹ ਪਹਿਲਾ ਪੱਥਰ ਸੀ ਜਿਹੜਾ ਪੰਜਾਬੀਆਂ ਨੇ ਪਾਕਿਸਤਾਨ ਤੁਹਾਡੇ ਸਾਰੇ ਡਰਾਮਾ ਦੇ ਤਵਸਲ ਨਾਲ ਇਹ ਗੱਲ ਕਰਾਂਗਾ ਕਿ ਸਾਨੂੰ ਸਭ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਮੁਆਸ਼ਰੇ ਦੇ ਵਿੱਚ ਜਿਹੜੀਆਂ ਅੱਛੀਆਂ ਰਵਾਇਤਾਂ ਨੇ ਅੱਛੀਆਂ ਚੀਜ਼ਾਂ ਨੇ ਉਹਨਾਂ ਨੂੰ ਫਰੋਗ ਦੇਈਏ ਉਹਦੇ ਲਈ ਕੋਸ਼ਿਸ਼ ਕਰੀਏ। ਜ਼ਰੂਰਤ ਪੜ ਵੀ ਸਕਦੀ ਹੈ ਕਭੀ ਐਸੀ ਮਹਾਰਤ ਕੀ ਜ਼ਰੂਰਤ ਪੜ ਵੀ ਸਕਦੀ ਹੈ ਮੁਹੱਬਤ ਮੇਂ।